ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ। ਅੱਜ ਆਪਾਂ ਬਈ ਆਪਾਂ ਤੁਹਾਨੂੰ ਸਾਰਿਆਂ ਨੂੰ ਲੈ ਕੇ ਆਏਂਗੇ ਫਰੀਦਕੋਟ ਹਾਰਸ ਸ਼ੋਅ ਦੇ ਉੱਪਰ। 2 ਦਿਨ ਦਾ ਮਾਰਵੜੀ ਵਛੇਰਿਆਂ ਦਾ ਬਈ ਰਿੰਗ ਹੋ ਰਿਹਾ ਸੀਗਾ, ਉਦੋਂ ਵੀਡੀਓ ਬਣਾਈ ਸੀ। ਉਦਾਂ ਦਿਨੇ ਬਈ ਪਹਿਲਾਂ ਬਈ ਹਰਮਨ ਦੀ 2 ਦਿਨ ਦੀ ਨੌਕਰੀ ਵਛੇਰੀ ਬਈ ਰਿੰਗ ਦੇ ਵਿੱਚ ਫੜਨੀ ਪਈ, ਤੇ ਉਦੋਂ ਬਾਅਦ ਆਪਣਾ ਗਲਵਾਗ ਮਤਲਬ ਵੀ ਸ਼ੋਅ ਕਰਨਾ ਸੀਗਾ ਰਿੰਗ ਦੇ ਵਿੱਚ, ਤੇ ਉਹਦੇ ਕਰਕੇ ਨਾ ਵੀ ਮਤਲਬ ਵੀ ਕੋਈ ਵੀਡੀਓ ਨਹੀਂ ਬਣਾਈ ਗਈ ਕਿਸੇ ਹੋਰ ਰਿੰਗ ਦੀ। ਤੇ ਸ਼ਾਮ ਨੂੰ ਇਹ ਬਈ ਵਿਹਲੇ ਹੋਏ ਸੀਗੇ, ਤੇ ਹਿੰਦ ਕੇਸਰੀ ਬਈ ਬਈ ਯਾਦ ਉਹਨਾਂ ਦਾ ਪਾਇਆ ਹੋਇਆ ਸੀਗਾ ਰਿੰਗ ਦੇ ਵਿੱਚ, ਤੇ ਉਦੋਂ ਬਈ ਮਤਲਬ ਵੀ ਬਣਾਈ ਹੈਗੀ ਤੁਹਾਨੂੰ ਸਾਰਿਆਂ ਨੂੰ ਬਈ ਦਿਖਾਉਣ ਲਈ ਵੀਡੀਓ। ਤੇ ਆ ਬਈ 2 ਦੰਦ ਮਾਰਵੜੀ ਮਤਲਬ ਵੀ ਵਛੇਰਿਆਂ ਦਾ ਨਤੀਜਾ ਆਇਆ ਹੋਇਆ ਸੀ ਬਈ ਜਦੋਂ ਆਜ਼ਾਦੀ ਵੀਡੀਓ ਹੈਗੀ। ਤੇ ਆ ਬਈ ਅਲਵਰ ਵਾਲੇ ਬਾਬਾ ਜੀ ਦਾ ਵਛੇਰਾ ਸੀਗਾ ਕਾਲੇ ਕੰਟੀ ਘੋੜੇ ਦਾ, ਇਹ ਆਇਆ ਸੀਗਾ ਬਈ ਨੰਬਰਾਂ ਦੇ ਵਿੱਚ। ਤੇ ਬਾਕੀ ਬਈ ਕੁੱਲ ਮਿਲਾ ਕੇ ਨਾ ਜਾਨਵਰ ਬਹੁਤ ਸੋਹਣੇ ਪਹੁੰਚੇ ਸੀ ਰਿੰਗ ਦੇ ਉੱਪਰ, ਮਤਲਬ ਵੀ ਸ਼ੋਅ ਦੇ ਉੱਪਰ। ਤੇ ਵਧੀਆ ਬਈ ਮਾਹੌਲ ਬਣਿਆ ਹੋਇਆ ਸੀਗਾ, ਜੀ ਲੱਗਦਾ ਸੀਗਾ ਹਨਾ, ਜਿਵੇਂ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਗੱਲ ਕਰੀ ਸੀ ਵੀ ਜਿਹੜੇ ਬੰਦੇ ਨੂੰ ਸ਼ੌਂਕ ਹੈ ਨਾ ਉਹਦਾ ਤਾਂ ਜੀ ਲੱਗਦਾ, ਜੇ ਮਤਲਬ ਵੀ ਇੱਦਾਂ ਕੋਈ ਹਾਰਸ ਸ਼ੋਅ ਹੋਵੇ ਜਾਂ ਕੋਈ ਮੰਡੀ ਲੱਗੇ ਤਾਂ ਉੱਥੇ ਬਈ ਜਿਹੜੇ ਬੰਦੇ ਨੂੰ ਦਿਲੋਂ ਸ਼ੌਂਕ ਹੈ ਨਾ ਤਾਂ ਜ਼ਰੂਰ ਪਹੁੰਚਦਾ ਉਹ ਤਾਂ ਉੱਥੇ। ਤੇ ਜਦੋਂ ਬਈ ਮਤਲਬ ਵੀ ਦਿਲ ਨੂੰ ਚਾਹਨਾ ਹੋਵੇ ਅੰਦਰੋਂ ਆਉਂਦੀ ਆਵਾਜ਼ ਵੀ ਬਣਾ ਜ਼ਰੂਰ ਪਹੁੰਚ ਕਿਵੇਂ ਨਾ ਕਿਵੇਂ। ਚਲੋ ਬਈ 3 ਦਿਨ ਲਗਾਤਾਰ ਕਿਸੇ ਵੀ ਬੰਦੇ ਨੂੰ ਪਹੁੰਚਣਾ ਔਖਾ ਹੈ ਨਾ, ਇੱਕ ਬੰਦਾ ਬਈ ਕੰਮਾਂ ਕਾਰਾਂ ਵਾਲਾ ਹੈਗਾ ਲਗਾਤਾਰ ਨਹੀਂ ਪਹੁੰਚਿਆ ਜਾਂਦਾ, ਪਰ ਬਈ ਚਲੋ 3 ਦਿਨਾਂ 'ਚ 1 ਦਿਨ ਤਾਂ ਮਤਲਬ ਵੀ ਬੰਦੇ ਨੂੰ ਟਾਈਮ ਜ਼ਰੂਰ ਕੱਢਣਾ ਚਾਹੀਦਾ ਸ਼ੋਅ ਵਾਸਤੇ। ਜ਼ਰੂਰ ਬਈ ਸਿੱਖਣ ਨੂੰ ਬਹੁਤ ਕੁਝ ਮਿਲਦਾ ਜੇ ਹੋਰ ਨਹੀਂ ਕੁਛ। ਇੱਕ ਨਾ ਬਈ ਵਛੇਰਾ ਖੁੱਲ੍ਹ ਗਿਆ ਸੀਗਾ ਬਾਈਆਂ ਦੇ ਹੱਥੋਂ, ਮਤਲਬ ਵੀ ਰੱਸਾ ਛੜਾ ਗਿਆ ਸੀ ਭੱਜ ਗਿਆ ਸੀਗਾ, ਤੇ ਚਲੋ ਬਈ ਬਚਤ ਰਹੀ ਰਿੰਗ ਦੇ ਵਿੱਚ, ਉਹ ਭੱਜਿਆ ਫਿਰਦਾ ਉਹ ਦੇਖੋ। ਤੇ ਬਚਤ ਰਹੀ ਬਈ ਮਤਲਬ ਵੀ ਫੜਿਆ ਗਿਆ, ਤੇ ਨਹੀਂ ਬਈ ਮਤਲਬ ਵੀ ਜਾਨਵਰ ਖੁੱਲ੍ਹ ਜੇ ਸੱਟ ਖਾ ਵੀ ਸਕਦਾ ਤੇ ਸੱਟ ਮਾਰ ਵੀ ਸਕਦਾ ਕਿਸੇ ਬੰਦੇ ਦੇ ਵੀ ਕਿਸੇ ਹੋਰ ਜਾਨਵਰ ਦੇ ਵੀ। ਚਲੋ ਬਈ ਪਰਮਾਤਮਾ ਦੀ ਕਿਰਪਾ ਰਹੀ ਮਤਲਬ ਵੀ ਸੱਟ ਫਿਟਕਣੀ ਉਹ ਬਚਤ ਰਹਿ ਗਈ, ਖੁੱਲ੍ਹ ਗਿਆ ਸੀਗਾ। ਤੇ ਸ਼ੋਅ ਵੀ ਮਤਲਬ ਵੀ ਵਧੀਆ ਬਈ ਭਰਿਆ ਹੋਇਆ ਸੀਗਾ, ਵਧੀਆ ਆਡੀਅੰਸ ਵੀ ਪਹੁੰਚੀ ਹੋਈ ਸੀ ਬਾਈ, ਤੇ ਜਾਨਵਰ ਵੀ ਚੰਗੇ ਚੰਗੇ ਰਿੰਗ ਦੇ ਉੱਪਰ ਪਹੁੰਚੇ ਹੋਏ ਸੀਗੇ। ਥੋੜ੍ਹਾ ਜਿਹਾ ਨਾ ਬਈ ਮੌਸਮ ਨੇ ਮਤਲਬ ਵੀ ਬਹੁਤ ਤੰਗ ਕਰਿਆ, ਜਿਹੜਾ ਮੌਸਮ ਦੀ ਬਾਈ ਮੌਸਮ ਹੋ ਗਿਆ ਗਰਮ, ਤੇ ਸ਼ਾਮੀ ਤਾਂ ਬਈ ਚਲੋ ਮਾਹੌਲ ਜਿਹਾ ਬਣ ਗਿਆ ਸੀ ਦੁਬਾਰਾ, ਤੇ ਦਿਨੇ ਤਾਂ ਬਈ ਅੱਜ ਗਰਮੀ ਬਹੁਤ ਜ਼ਿਆਦਾ ਸੀ ਤੇ ਜਾਨਵਰ ਬਈ ਬਹੁਤ ਤੰਗ ਹੋਏ। ਮੈਂ ਆਪ ਵੀ ਬਈ ਤੁਹਾਨੂੰ ਦੱਸਿਆ ਰਿੰਗ ਦੇ ਵਿੱਚ ਜਾਨਵਰ ਫੜੇ ਹੋਏ ਸੀਗੇ, ਆਪ ਵੀ ਬਈ ਬਹੁਤ ਤੰਗ ਹੋਏ ਯਾਰ ਜਾਨਵਰਾਂ ਦਾ ਵੀ ਬਹੁਤ ਔਖਾ। ਤੇ ਪਹਿਲਾਂ ਬਈ ਅਸੀਂ ਐਂ ਕਹਿੰਦੇ ਹੁੰਦੇ ਵੀ ਥੋੜ੍ਹਾ ਜਿਹਾ ਗਰਮ ਮੌਸਮ 'ਚ ਸ਼ੋਅ ਹੋਣਾ ਚਾਹੀਦਾ ਵੀ ਨੁਕਰਾ ਜਾਨਵਰ ਨਵਾਉਣਾ ਸੌਖਾ ਗਾ, ਪਰ ਮੈਂ ਕਹਿੰਦਾ ਬਈ ਠੰਡ 'ਚ ਹੀ ਹੋਵੇ ਯਾਰ ਨਵਾਉਣਾ, ਹਜੇ ਫਿਰ ਵੀ ਬੰਦਾ ਹੀਲਾ ਕਰ ਲੈਂਦਾ ਰਿੰਗ 'ਚ ਉਦੋਂ ਜ਼ਿਆਦਾ ਦਿੱਕਤ ਆਉਂਦੀ ਆ। ਤੇ ਆਹ ਆ ਗਿਆ ਬਈ ਪਟਵਾਰੀ ਦਾ ਵਛੇਰਾ, ਇਹ ਵੀ ਅਲਵਰ ਵਾਲੇ ਬਾਬਾ ਜੀ ਦਾ ਵਛੇਰਾ, ਬਹੁਤ ਵੱਡਾ ਵਛੇਰਾ ਬਈ 30-31 ਕੁਇੰਟਲ ਦਾ ਹੋਇਆਗਾ, 70 ਇੰਚ ਹੋਊਗਾ, ਬਾਹਲਾ ਵੱਡਾ ਵਛੇਰਾ। ਤੇ ਆਪਣੇ ਬਈ ਪੰਜਾਬ ਦੀ ਬਰੀਡ ਆ ਪਟਵਾਰੀ ਦਾ, ਤੇ ਆਪਣੇ ਪੰਜਾਬ 'ਚ ਹੀ ਬਈ ਜੰਮਿਆ ਹੋਇਆਗਾ। ਬਾਬਾ ਜੀ ਛੋਟੇ ਬੱਚੇ ਨੂੰ ਲੈ ਗਏ ਸੀਗੇ 6-7 ਮਹੀਨਿਆਂ ਦੇ ਨੂੰ, ਤੇ ਬਾਬਾ ਜੀ ਕੋਲ ਬਈ ਪਹਿਲਾਂ ਚੇਤਨ ਘੋੜਾ ਹੁੰਦਾ ਸੀਗਾ, ਜਿਹਨਾਂ ਦੀ ਜਿਹੜੇ ਘੋੜੇ ਦੀ ਡੈਥ ਹੋ ਗਈ ਸੀਗੀ ਉਹ ਵੀ ਬਈ ਘੋੜਾ ਚੈਂਪੀਅਨ ਬਣਦਾ ਹੁੰਦਾ ਸੀ। ਤੇ ਚਲੋ ਜਿੱਦਾਂ ਦੀ ਪਰਫਾਰਮੈਂਸ ਸੀ ਬਈ ਉੱਦਾਂ ਦਾ ਮਤਲਬ ਵੀ ਨੰਬਰ, ਕਈ ਵਾਰ ਬਈ ਕੋਈ ਜਾਨਵਰ ਕਿਸੇ ਰਿੰਗ 'ਚ ਨਹੀਂ ਪਰਫਾਰਮ ਕਰਦਾ ਹੈ ਨਾ, ਪਰ ਬਈ ਵੱਡਾ ਬਹੁਤ ਸੀਗਾ, 1 ਰੰਗਾ ਨੀਲਾ ਵਛੇਰਾ, ਤੇ 5 ਕਲਿਆਣ ਘੋੜੀ ਸੀ ਬਈ ਇਹਦੀ ਮਾਂ, ਤੇ ਆਪ ਪਿਓ ਵੱਲੋਂ ਆ ਗਿਆ ਆਪਣਾ ਇਹਦਾ ਪਟਵਾਰੀ ਦਾ। ਤੇ 2 ਜਾਨਵਰ ਪਏ ਸੀ ਬਾਈ ਬਾਬਾ ਜੀ ਨੇ, ਦੋਨੋਂ ਚਲੋ ਨੰਬਰਾਂ 'ਚ ਆਏ ਹਨਾ, ਵੱਡੀ ਗੱਲ ਆ, ਬਹੁਤ ਦੂਰੋਂ ਚੱਲ ਕੇ ਆਏ ਤੇ ਸੋਹਣੇ ਸੀ ਬਾਈ ਜਾਨਵਰ ਜਿੰਨੇ ਵੀ ਪਹੁੰਚੇ ਸੀਗੇ। ਤੇ ਆਪਣੇ ਬਾਈ ਯਾਦ ਰੱਖਣਾ ਵਛੇਰਾ ਬਾਈ ਹਿੰਦ ਕੇਸਰੀ ਵੀ ਚੌਥੇ ਨੰਬਰ ਤੇ ਆਇਆ ਸੀਗਾ, ਤੇ ਆ ਬਾਈ ਵਛੇਰਾ ਆਇਆ ਸੀਗਾ ਹਰਿਆਣੇ 'ਚੋਂ। ਤੇ ਦੇਖੋ ਬਈ ਤੁਹਾਨੂੰ ਥੰਮ ਵੀ ਕਿੱਦਾਂ ਦਾ ਲੱਗਦਾ। 23 ਤਰੀਕ ਨੂੰ ਬਾਈ ਰਿੰਗ ਵੱਡੇ ਘੋੜਿਆਂ ਦਾ, ਜਿਹੜੇ ਕਿਸੇ ਬਾਈ ਬਾਈ ਨੇ ਦੇਖਣਾ ਹੋਵੇ ਨੁਕਰੇ ਘੋੜੇ ਜਾਂ ਮਾਰਵਾੜੀ ਘੋੜਿਆਂ ਦਾ, ਤਾਂ ਬਾਈ ਰਿੰਗ ਉੱਥੇ ਫਰੀਦਕੋਟ ਸ਼ਾਹੀ ਹਵੇਲੀ ਦੇ ਸਾਹਮਣੇ ਸ਼ੋਅ ਹੋ ਰਿਹਾ ਬਾਈ, ਸਾਰੇ ਜਣੇ ਪਹੁੰਚਿਓ ਜ਼ਰੂਰ। ਤੇ ਵੱਡੇ ਘੋੜੇ ਦਾ ਬਾਈ ਜਾਂ ਵੱਡੇ ਘੋੜਿਆਂ ਤੇ ਘੋੜਿਆਂ ਦਾ 23 ਤਰੀਕ ਨੂੰ ਰਿੰਗ ਹੋਣਾ, ਤੇ ਸਾਰੇ ਬਾਈ ਬਾਈ ਜ਼ਰੂਰ ਪਹੁੰਚਿਓ। 1 ਦਿਨ ਦਾ ਬਾਈ ਸਮਾਂ ਤਾਂ ਜ਼ਰੂਰ ਦਿਆ ਕਰੋ ਹਨਾ, ਟਾਈਮ 'ਚੋਂ ਟਾਈਮ ਕੱਢ ਕੇ ਮਤਲਬ ਵੀ ਜੀ ਲੱਗੂ ਬਾਈ ਤੁਹਾਨੂੰ, ਸਿੱਖਣ ਨੂੰ ਵੀ ਬਾਈ ਬਹੁਤ ਕੁਛ ਮਿਲਦਾ, ਤੇ ਚਲੋ ਬੰਦੇ ਦਾ ਉਹ ਵੀ ਚਿੱਤ ਪਰਚਾਵਾ ਬਹਾਨੇ ਨਾਲ ਬਾਈ ਯਾਰਾਂ ਦੋਸਤਾਂ ਨੂੰ ਵੀ ਮਿਲਿਆ ਜਾਂਦਾ ਹੈ ਨਾ, ਨਹੀਂ ਕਿੱਥੇ ਇਕੱਠਾ ਹੋ ਜਾਂਦਾ ਯਾਰ ਅੱਜ ਕੱਲ੍ਹ। 1 ਵਾਰੀ ਕਿਸੇ ਮੰਡੀ ਮੇਲੇ ਦੇ ਇਕੱਠੇ ਹੁੰਦੇ, ਹੁਣ ਤਾਂ ਸ਼ੋਆ ਕਰਕੇ ਵਧੀਆ ਮਤਲਬ ਵੀ ਇਕੱਠੇ ਹੋ ਜਾਂਦੇ ਹੈਗੇ, ਜਾਣ ਪਛਾਣ ਜੀ ਬਣੀ ਰਹਿੰਦੀ ਹੈਗੀ ਹੈ ਨਾ। ਤੇ ਜੇ ਕਾਰੋਬਾਰ ਕਰਨਾ ਬਈ ਤਾਂ ਬੰਦੇ ਦੀ ਮਤਲਬ ਜਿੰਨਾ ਸਰਕਲ ਉਹਦਾ ਵੱਡਾ ਹੋਊਗਾ ਤੇ ਓਨਾ ਹੀ ਉਹਦਾ ਕਾਰੋਬਾਰ ਐਕਸਪੈਂਡ ਹੋਊਗਾ, ਓਨਾ ਵੱਧ ਕਰ ਸਕਦਾ ਉਹ, ਜਿੰਨਾ ਕੁ ਵੀ ਉਹਦਾ ਸਰਕਲ ਵੱਡਾ ਹੋਊਗਾ ਹੈ ਨਾ।
ਤੇ ਬਾਕੀ ਬਈ ਮੋਹ ਮੁਹੱਬਤ ਹੈ ਨਾ ਉਰੇ ਹੋਰ ਹੈ ਕਿ ਹੈ ਵੀ ਕੀ ਜਾਨਵਰਾਂ ਨਾਲ ਬਈ ਮੋਹ ਮੁਹੱਬਤ ਆ ਗਈ ਬੰਦਿਆਂ ਦੀ ਵੀ ਤੇ ਹੋਰ ਤਾਂ ਉਰੇ ਕੀ ਆ ਨਾ ਬਈ ਤੇ ਸਾਰੇ ਜਾਣੇ ਬਈ ਜ਼ਰੂਰ ਪਹੁੰਚਿਓ ਬਈ 23 ਤਰੀਕ ਨੂੰ ਵੱਡੇ ਘੋੜੇ ਘੋੜੀਆਂ ਦਾ ਰਿੰਗ ਹੈਗਾ ਤੇ ਆ ਜਦੋਂ ਆਪਣੇ ਹਿੰਦ ਕਿਸੇ ਨੂੰ ਨੰਬਰ ਦਿੱਤਾ ਬਈ ਥੋੜ੍ਹਾ ਜਿਹਾ ਆਪਣਾ ਯਾਦ ਬਈ ਹੋ ਗਿਆ ਸੀਗਾ ਥੋੜ੍ਹਾ ਜਿਹਾ ਕਿਸੇ ਗੱਲ ਨੂੰ ਲੈ ਕੇ ਨਾਰਾਜ਼ ਤੇ ਚਲੋ ਬਈ ਉਦੋਂ ਬਾਅਦ ਮੈਂ ਮੰਨ ਗਿਆ ਮਨਾ ਲਿਆ ਸੀਗਾ ਵੀ ਚਲੋ ਏਦਾਂ ਨਹੀਂ ਹੁੰਦਾ ਨਾ ਬਈ ਕਈ ਵਾਰੀ ਬੰਦੇ ਦੇ ਮਨ 'ਚ ਗੁੱਸਾ ਆ ਜਾਂਦਾ ਕਿਸੇ ਗੱਲ ਨੂੰ ਲੈ ਕੇ ਤੇ ਉਦੋਂ ਬਾਅਦ ਬਈ ਹੌਲੀ ਹੌਲੀ ਬਿਲਕੁਲ ਸਹੀ ਹੋ ਗਿਆ ਸੀਗਾ ਤੇ ਮਿਲਦੇ ਹਾਂ ਬਈ ਅਗਲੀ ਵੀਡੀਓ ਦੇ ਵਿੱਚ ਸਾਰੇ ਜਾਣੇ ਬਈ ਹੋ ਸਕੇ ਤਾਂ 23 ਤਰੀਕ ਨੂੰ ਵੱਡੇ ਘੋੜੇ ਔਰ ਘੋੜੀਆਂ ਦਾ ਸ਼ੋਅ ਹੈਗਾ ਸਾਰੇ ਬਾਈ ਬਾਈ ਜ਼ਰੂਰ ਪਹੁੰਚਿਓ ਹੈ ਨਾ ਤੇ ਮਨ ਲੱਗੂ ਤੁਹਾਡੇ ਸਾਰਿਆਂ ਦਾ ਧੰਨਵਾਦ ਵੀਰੇ ਸਾਰਿਆਂ ਦਾ।